ਸੋਹੇ ਗਾਈਸ ਕੀ ਹਾਲ ਚਾਲ, ਸਭ ਤੋਂ ਪਹਿਲੀ ਸਾਰੇ ਵਧੀਆ ਹੋਵਾਂਗੇ। ਅੱਜ ਆਪਾਂ ਲੈ ਕੇ ਆਏ ਹਾਂ ਜੀ ਓਏ ਮੱਖਣਾ ਦਾ ਟ੍ਰੇਲਰ, ਐਮੀ ਵਿਰਕ, ਤਾਨੀਆ, ਗੁੱਗੂ ਗਿੱਲ ਭਾਈ ਅਤੇ ਅੱਗੇ ਸਿਦਕਾ ਅਤੇ ਸਿਮਰਜੀਤ ਬਾਈ ਦੀ ਆਈ ਥਿੰਕ ਡਾਇਰੈਕਟਡ ਫਿਲਮ ਆ ਇਹ। ਹਾਂ, ਸਿਮਰਜੀਤ ਬਾਈ ਦੇ ਡਾਇਰੈਕਟਰ ਆ, ਰਾਕੇਸ਼ ਧਵਨ ਬਾਈ ਨੇ ਲਿਖੀ ਆ, ਅਤੇ ਆ ਜਾਓ ਸਟਾਰਟ ਕਰਦੇ। ਮੱਖਣ ਭਤੀਜਾ ਨੀ, ਪੁੱਤ ਹੈ ਮੇਰਾ। ਜਦ ਇਹ ਛੋਟਾ ਜਿਹਾ ਸੀ ਨਾ, ਇਹਨੇ ਆਖਿਆ ਕਰਨਾ ਚਾਚਾ ਮੈਂ ਵਿਆਹ ਕਰਾਉਣਾ। ਮੈਂ ਸੋਚਣਾ 5 ਸਾਲਾਂ ਦਾ ਤਾਂ ਹੈ, ਸੁਖ ਨਾਲ 25 ਵਰਿਆਂ ਦਾ ਹੋ ਗਿਆ, ਤੇ ਹੁਣ ਮੈਂ ਇਹਦਾ ਸੱਚੀ ਮੁੱਚੀ ਵਿਆਹ ਕਰਾ ਦੂੰ। ਓ ਭਾਈ ਸਾਹਿਬ, ਗੱਡੀ ਸਾਈਡ ਤੇ। ਇੱਕ ਗੱਲ ਹੈ ਯਾਰ, ਥੋੜਾ ਜਿਹਾ ਨਾ ਪੰਜਾਬੀ ਇੰਡਸਟਰੀ ਨੂੰ ਵਿਆਹ ਤੋਂ ਬਾਹਰ ਨਿਕਲਣ ਦੀ ਲੋੜ ਹੈ। ਲੱਗ ਜਾਓ ਇੱਥੇ, ਕਿਹੜੀ ਭੈੜੀ ਲੱਗਦੀ ਹੈ। ਰਾਤ ਬਰਾਤ ਕਿਤੇ ਜਾਣਾ ਹੋਵੇ ਫਿਰ ਕੱਢਦੇ ਫਿਰਾਂਗੇ। ਜੇ ਮੈਂ ਜਾਣਾ ਹੋਇਆ ਤਾਂ ਮੈਂ ਕਿੱਦਾਂ ਕੱਢੂ? ਆ ਕੇ ਰਿਕੁਐਸਟ ਕਰਿਓ। ਓਏ ਅਸੀਂ ਸਾਹਮਣੇ ਰਹਿੰਦੇ, ਅਸੀਂ ਕਿਹੜਾ ਮਸਕੀ ਕੋ ਰਹਿੰਦੇ ਹਾਂ। ਮਸਕੀ ਕੋ ਯਾਰ, ਅੱਖਾਂ ਕਿੰਨੀਆਂ ਸੋਹਣੀਆਂ ਨੇ। ਤੇਰੀ ਚਾਚੀ ਵੀ ਆਖਦੀ ਹੁੰਦੀ ਹੈ ਮੈਨੂੰ, ਪਰ ਆਪਾਂ ਬੜਾ ਮਾਣ ਨਹੀਂ ਕੀਤਾ ਕਦੇ। ਤੇਰੀਆਂ ਨਹੀਂ ਕਹਿ ਰਿਹਾ ਯਾਰ, ਜਿਹਦੀਆਂ ਅੱਖਾਂ ਇੰਨੀਆਂ ਸੋਹਣੀਆਂ, ਉਹ ਕੁੜੀ ਕਿੰਨੀ ਸੋਹਣੀ ਹੋ ਗਈ ਯਾਰ। ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾ ਇਹ ਚਿਹਰਾ ਖੋ। ਨੰਬਰ ਬੋਲੀ ਤੁਹਾਡਾ ਕਿਉਂ? ਇਹ ਆਵਾਜ਼ ਐਮੀ ਦੀ ਹੀ ਹੈ ਕਿ ਜੋ ਗਾਇਆ ਗਾਣਾ। ਪਿਛਲੇ ਦਿਨਾਂ ਤੋਂ ਤੱਕ ਰਿਹਾ ਇਹ ਚਿਹਰਾ ਖੋ। ਨੰਬਰ ਬੋਲੀ ਤੁਹਾਡਾ ਕਿਉਂ? ਉਹ ਮੈਂ ਟਰੂ ਕਲਰ ਤੇ ਚਾੜ ਕੇ ਤੁਹਾਡਾ ਨਾਂ ਚੈੱਕ ਕਰਨਾ ਹੈ। ਵਧੀਆ ਟਰਾਈ ਹੈ, ਪਰ ਕਿਸੇ ਹੋਰ ਕੁੜੀ ਤੇ ਮਾਰੀ। ਮੈਂ ਤਾਂ ਸੋਹਣੀ ਅੱਖਾਂ ਵਾਲੀ ਕੁੜੀ ਗਵਾਂਢੀਆਂ ਦੀ ਆ, ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ। ਜਦੋਂ ਬਣਦੀ ਨਹੀਂ ਉਹਨਾਂ ਨਾਲ ਕੀ ਕਰੀਏ? ਤੇ ਬਣਾਉਣਾ ਤਾਂ ਹੀ ਦੇਊਗਾ ਅਗਲਾ ਆਪਣੀ ਕੁੜੀ। ਧੋਖੀ ਚੁੱਕੇ ਹੀ ਹੋਏ, ਚੁੱਕਿਆ ਨੀਗਾ ਜੀ ਕੋ, ਮੈਂ ਮੱਥਾ ਕੀ ਚੁੱਕੇ ਹੀ ਹੋਏ। ਠੀਕ ਹੈ, ਮੇਰੀ ਮੰਮੀ ਨੇ ਕਿਹਾ ਵੀ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਜੀ। ਤੇਰੀ ਮੰਮੀ ਨੇ ਤੈਨੂੰ ਅੱਜ ਹੀ ਦੱਸਿਆ ਲੱਗਦਾ। ਉਹ ਕੁੜੀ ਪਹਿਲਾਂ ਹੀ ਮੰਗੀ ਵੀ ਹੈ। ਬਸ ਫਿਰ ਪਹਿਲਾ ਰਿਸ਼ਤਾ ਤੜਾ ਦੇ, ਫਿਰ ਮੇਰਾ ਰਿਸ਼ਤਾ ਲੈ ਜੀ। ਸ਼ੌਂਕੀ ਪੁੱਤ, ਇਹ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਇਆ। ਡੈਡੀ ਉਹ ਤੇ ਗਿਆ ਰਿਸ਼ਤਾ, ਹੁਣ ਕਿੰਨੇ ਕੁ ਰਿਸ਼ਤੇ ਕਰਨੇ ਆ? ਕੁੜੀ ਨੂੰ ਵੀ 25 ਕਿੱਲੇ ਪੈਲੀ ਆਉਂਦੀ ਆ। ਜੇ ਕੁੜੀ ਗੁੱਡੀ ਤੋਂ ਸੋਹਣੀ ਹੋਈ ਫਿਰ ਮੈਂ ਸੋ ਸਕਦਾ। ਹੈਲੋ, ਤੂੰ? ਯੈਸ ਸਾਕਸ਼ਾਤ ਮੈਂ, ਮੱਖਣ ਵਿਰਕ। ਮੱਖਣ ਵਿਰਕ ਹੋਵੇ ਜਾਂ ਵਿਰਕੇ ਦਾ ਮੱਖਣ, ਮੈਂ ਕੀ ਕਰਨਾ ਹੈ? ਪਰੇਸ਼ਾਨ ਹਾਂ ਤੇਰੇ ਤੋਂ। ਆਈ ਲਾਈਕ ਇਟ। ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ, ਮੈਂ ਤੈਨੂੰ ਚੱਲ ਮਾਰੂੰਗਾ ਪੱਖੀਆਂ। ਭਾਈ ਸਾਹਿਬ, ਕੋਈ ਬੇਟੀ ਦੇ ਵਿਆਹ ਦੀ ਟੈਨਸ਼ਨ ਤਾਂ ਨਹੀਂ? ਧੀ ਮੇਰੀ ਦਾ ਵਿਆਹ ਹੋਣਾ ਹੀ ਨਹੀਂ ਕਿਉਂਕਿ ਮੁੰਡੇ ਵਾਲੇ ਨੇ ਰਿਸ਼ਤਾ ਛੱਡ ਦਿੱਤਾ। ਮੇਰੇ ਭਤੀਜੇ ਬਾਰੇ ਕੀ ਖਿਆਲ ਹੈ ਤੁਹਾਡਾ? ਬੱਚੀ ਬਹੁਤ ਖੁਸ਼ ਰਹੇਗੀ, ਜ਼ਬਾਨ ਹੈ ਮੇਰੀ। ਸਕੀਮ ਲਾਈ ਸਕੀਮ। ਓਏ ਚਾਚਾ, ਛਾ ਗਿਆ ਓਏ ਤੇਰਾ ਚਾਚਾ, ਹੋ ਗਿਆ ਯੈਸਾਂ। ਤੱਤ ਕੁੜੀ ਨੂੰ ਹਾਂ ਕਰ ਆਇਆ, ਉਹ ਕੁੜੀ ਹੋਰ ਆ, ਇਹ ਕੁੜੀ ਹੋਰ ਆ। ਫਿਰ ਚਾਚਾ ਵੀ ਹੋਰ ਹੀ ਲੱਭ ਲਾ, ਮੈਥੋਂ ਨਹੀਂ ਨਾ ਹੁੰਦੀ। ਮੈਂ ਹਮੇਸ਼ਾ ਆਵਾਰਾ ਕਰਦੀ ਤੇ ਯਾਰਾਂ ਦੋਸਤਾਂ ਨਾਲ, ਕਦੇ ਸ਼ਿਮਲੇ ਕਦੇ ਮਨਾਲੀ, ਮੇਰੀਆਂ ਸਹੇਲੀਆਂ ਬਹੁਤ ਸੀ। ਉਹ ਤੇ ਹੋਣੀਆਂ ਹੀ ਸੀ, ਤੁਸੀਂ ਹੋ ਹੀ ਇੰਨੇ ਸੋਹਣੇ। ਉਹ ਚੱਕ ਵੀ ਮਿਲ ਗਿਆ ਕਿਉਂ ਨੂੰ ਵੀ ਚੰਡੀਗੜ੍ਹ ਵਾਲੀ। ਮੈਨੂੰ ਤੇਰਾ ਰਿਸ਼ਤਾ ਟੁੱਟਣ ਤੋਂ ਬਾਅਦ ਬਹੁਤ ਬੁਰਾ ਫੀਲ ਹੋ ਰਿਹਾ। ਨਹੀਂ ਨਹੀਂ, ਮੈਨੂੰ ਹੁਣ ਬਹੁਤ ਚੰਗਾ ਮੁੰਡਾ ਮਿਲਿਆ ਹੈ, ਇੱਥੇ ਆਇਆ ਮੇਰੇ ਨਾਲ, ਚੱਲ ਮੈਂ ਤੈਨੂੰ ਮਿਲਾਉਂਦੀ ਹਾਂ। ਮੈਂ ਹਰਨੇਕ ਸਿੰਘ ਬੋਲ ਰਿਹਾ ਹਾਂ। ਕੋਵਿਡ ਕੀ ਬਿਮਾਰੀ ਅਭੀ ਗਈ ਨਹੀਂ, ਕਿਰਪਾ ਮਾਰੀ ਆਨੇ ਪਰ ਟੀਕਾ ਜ਼ਰੂਰ। ਬਾਰ ਬਾਰ ਹੱਥ ਧੋਤੇ ਰਹੋ। ਮੂੰਹ ਧੋ ਲਓ, ਹੁਣ ਗੱਡੀ ਚ ਤੂੰ ਚੱਲ ਵਾਰੀ ਹੈ। ਕਲਰ ਪੱਖੋਂ, ਕੈਮਰੇ ਪੱਖੋਂ, ਇੱਕ ਹੁੰਦਾ ਨਾ ਇੱਕ ਚੀਜ਼ ਨੂੰ ਬਿਲਡਅਪ ਕਰਨ ਪੱਖੋਂ ਪੰਜਾਬੀ ਇੰਡਸਟਰੀ ਬੜੀ ਚੰਗੀ ਹੋ ਗਈ ਆ। ਹੁਣ ਸਿਰਫ ਸਟੋਰੀ ਦੀ ਜੋ ਸਿਮਿਲੈਰਿਟੀਜ਼ ਆ ਨਾ, ਕਿ ਸੇਮ ਸਟੋਰੀਜ਼ ਸੇਮ ਇੱਕ ਟੋਪਿਕ ਦੇ ਉੱਤੇ, ਉਹ ਚੀਜ਼ ਬਦਲਣ ਦੀ ਲੋੜ ਆ। ਬਾਕੀ ਫੈਮਿਲੀ ਡਰਾਮੇ ਦੇ ਹਿਸਾਬ ਨਾਲ ਵਧੀਆ। ਉਹ ਗੁਆਂਢੀ ਮੰਗਣੀ ਕੈਂਸਲ ਕਰਦੇ ਆ। ਅੱਛਾ, ਆ ਦੁਬਾਰਾ ਬੋਲੀ, ਦੁਬਾਰਾ ਦੁਬਾਰਾ ਦੁਬਾਰਾ। ਉਹ ਗੁਆਂਢੀਆਂ ਨੇ ਮੰਗਣੀ ਕੈਂਸਲ ਕਰਤੀ। ਹਾਏ ਹਾਏ, ਸਿੱਧਾ ਵਿਆਹ ਮੰਗੀ ਜਾਂਦੇ ਆ। ਆ ਜਾ ਪਿੱਛੇ ਜੀ, ਆਪਾਂ ਲੀੜਾ ਲੱਤਾ ਵੀ ਲੈਣਾ ਹੈ। ਆ ਜਾ, ਇੱਕ ਮਿੰਟ ਖੜ ਜਾ, ਤੇ ਆ ਗਿਆ, ਇੱਕ 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 ਮਿੰਟ ਬਸ। ਲੇਕ ਪੱਕਿਓ ਵੜ ਲਈ ਇਹਨਾਂ ਨੇ, ਕਿਸਮਤ ਚ ਵੀ ਹੈਗੀ ਸੀ ਲੇਕ, ਕਿਸਮਤ ਹੀ ਸੀ ਨਾ ਉਹ? ਨਹੀਂ, ਕਿਸਮਤ ਸੀ, ਕਿਸਮਤ 2 ਚ ਸੀਗੀ ਲੇਕ, ਕਿਹਦੇ ਚ ਸੀ, ਕਿਵੇਂ ਸੀ, ਮਤਲਬ ਕਿ ਮੈਨੂੰ ਨਹੀਂ, ਮੈਨੂੰ ਯਾਦ ਨਹੀਂ ਆ ਰਿਹਾ ਯਾਰ ਕਿੱਥੇ ਸੀਗੀ ਲੇਕ, ਬਟ ਘੈਂਟ ਸੀਗਾ ਉਹ ਕੰਮ ਕਿਸਮ। ਅੱਛਾ, ਉਹ ਦੂਜੀ ਐਮੀ ਵਿਰਕ ਦੀ ਜਿਹੜੀ ਦੂਜੀ ਉਹ ਫਿਲਮ ਸੀ ਗੁਰਨਾਮ ਭੁੱਲਰ ਵਾਲੀ, ਉਹਦੇ 'ਚ ਸੀਗੀ ਲੇਕ ਐਂਡ 'ਚ। ਹਾਂ, ਉਸੇ ਤਰੀਕੇ ਦਾ ਸ਼ਾਟ ਲਿਆ ਹੋਇਆ ਅਤੇ ਕਾਫੀ ਠੀਕ ਹੈ ਫਿਲਮ, ਨਾਈਸ ਆ। ਕੌਮੇਡੀ ਦੇ ਹਿਸਾਬ ਨਾਲ ਜਿਵੇਂ ਦੀ ਹੋਣੀ ਚਾਹੀਦੀ ਉਹ ਚੀਜ਼ ਪੂਰੀ ਵਧੀਆ ਆ। ਵਧੀਆ ਸਟੋਰੀ, ਵਧੀਆ ਤਰੀਕੇ ਦੇ ਰਿਸਕ ਲੈ ਰੱਖਿਆ। ਜੇ ਉਹਨਾਂ ਨੇ ਸਿੱਧਾ ਵਿਆਹ ਮੰਗਦੇ, ਹੁਣ ਅੱਗੇ ਦੱਸਿਆ ਨਹੀਂ ਗਿਆ ਕਿ ਕੀ ਹੋਣਾ ਕਿਵੇਂ ਹੋਣਾ, ਬੜੇ ਤਰੀਕੇ ਨਾਲ ਉਹਨਾਂ ਨੇ ਟ੍ਰੇਲਰ ਖਤਮ ਕਰਤਾ, ਇੱਕ ਐਂਡ ਨਹੀਂ ਦੱਸਿਆ ਹੈ ਨਾ। ਸੋ ਐਂਡ ਦੀ ਵੇਟ ਆ, ਦੇਖਦੇ ਹਾਂ। 4 ਨਵੰਬਰ ਫਿਲਮ ਆ ਜਾਣੀ, ਬਸ ਥੋੜ੍ਹੇ ਜਿਹੇ ਦਿਨ ਰਹਿ ਗਏ, ਹਫ਼ਤਾ ਹੀ ਰਹਿ ਗਿਆ ਮੇਰੇ ਹਿਸਾਬ ਨਾਲ, ਸ਼ਾਇਦ ਨੈਕਸਟ ਵੀਕਐਂਡ, ਨੈਕਸਟ ਵੀਕਐਂਡ ਫਰਾਈਡੇ ਨੂੰ ਆ ਜਾਣੀ ਫਿਲਮ। ਅਤੇ ਜ਼ਰੂਰ ਸਾਰੇ ਜਣੇ ਦੇਖਣ ਜਾਇਓ, ਅਤੇ ਇਸ ਗੱਲ ਦਾ ਜ਼ਰੂਰ ਸਾਰੇ ਜਣੇ ਕਮੈਂਟ ਕਰਦਾ ਕਰੋ ਥੱਲੇ ਕਿ ਕੁਛ ਨਵਾਂ ਟੋਪਿਕ ਲੈ ਕੇ ਆਓ। ਜਿਵੇਂ ਆ ਜਾ ਮੈਕਸੀਕੋ ਚੱਲੀਏ, ਇੱਕ ਨਵਾਂ ਟੋਪਿਕ ਸੀ, ਠੀਕ ਹੈ, ਕੁਛ ਨਵੇਂ ਟੋਪਿਕ ਦੀਆਂ ਫਿਲਮਾਂ ਲੈ ਕੇ ਆਓ। ਸਤਿ ਸ਼੍ਰੀ ਅਕਾਲ।